ਜੋਬ ਮਿਲੇ ਲੋਕੀ ਕਹਿੰਦੇ ਉਹ ਇਹ ਤਾਂ ਬੜੇ
ਸਾਡੇ ਅਗਰ ਸ਼ਹੀਦਾਂ ਦਾ ਪਰਿਵਾਰ ਹੈ ਕੀ ਪਤਾ ਇਹਦਾ ਵੀ ਕਿਤੇ ਫੀਲਡ ਡਿਊਟੀ ਲੱਗਦੀ ਤੇ ਖੁਦਾ ਨਾ ਖਾਸਤਾ ਇਹਨੂੰ ਵੀ ਕਿਤੇ ਸਾਹਮਣਾ ਕਰਨਾ ਪੈਂਦਾ। ਕਿਸ ਨੇ ਫੋਰਕਾਸਟ ਕੀਤਾ ਸੀ? ਅਸੀਂ ਪਹਿਲਾਂ ਹੀ ਕਹਿ ਦਿੱਤਾ ਜੀ ਇਹਨੇ ਤਾਂ ਏਸੀ ਦਫ਼ਤਰ ਚ ਬਣਾ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਸਿੰਪਲ ਕੁਸ਼ਚਨ ਪੁੱਛਦਾ, ਇਫ ਯੂ ਸੈਡ ਕਿ ਜੀ ਇਹਨਾਂ ਨੂੰ ਨੌਕਰੀ ਬਹੁਤ ਪਿਆਰੀ ਹੈ ਜੀ, ਇਹ ਤੇ ਛੱਡਦੇ ਹੀ ਨੀ ਕੁਛ, ਮੈਂ ਤੁਹਾਨੂੰ ਇੱਕ ਆਪਸ਼ਨ ਦਿੰਦਾ ਸਾਰਿਆਂ ਨੂੰ। ਗੋਡ ਗਿਵਸ ਯੂ ਅ ਚੋਇਸ, ਤੁਹਾਨੂੰ ਰੱਬ ਇੱਕ ਚੋਇਸ ਦਿੰਦਾ ਹੈ, ਜਾਂ ਆਪਣੇ ਇੱਕ ਪਰਿਵਾਰਕ ਮੈਂਬਰ ਦੀ ਜ਼ਿੰਦਗੀ ਬਚਾ ਲਓ ਜਾਂ ਇੱਕ ਜੋਬ ਲੈ ਲਓ, ਤੁਸੀਂ ਕੀ ਚੂਜ਼ ਕਰੋਗੇ? ਜੋ ਤੁਹਾਡੇ ਸਾਰਿਆਂ ਦਾ ਆਂਸਰ ਹੈ ਨਾ, ਉਹ ਮੇਰਾ ਆਂਸਰ। ਕੋਈ ਜੋਬ ਏਦਾਂ ਨਹੀਂ ਚੂਜ਼ ਕਰਦਾ, ਸਾਰਿਆਂ ਨੂੰ ਸਾਡਾ 10 ਪੀੜ੍ਹੀਆਂ ਆਪਾਂ 10 ਸਾਲ 15 ਸਾਲ ਰਾਜਨੀਤੀ 'ਚ ਪਿੱਛੇ ਚੱਲੇ ਗਏ, ਸਾਡਾ ਪਰਿਵਾਰ ਫਾਈਨੈਂਸ਼ੀਅਲੀ ਪੋਲੀਟੀਕਲੀ ਸੋਸ਼ੋ ਇਕਨੋਮਿਕਲੀ ਐਵਰੀ ਵੇ ਆਰ ਫੈਮਿਲੀ ਵਾਸ ਪੁਸ਼ਡ ਬੈਕ। ਸੋ ਪਲੀਜ਼ ਵਾਚ ਯੋਰ ਵਰਡਸ ਆਫਟਰ, ਜਦੋਂ ਮੈਂ, ਮੇਰਾ ਬ੍ਰਦਰ, ਮੇਰੇ ਫਾਦਰ, ਮੇਰੀ ਸਿਸਟਰ, ਮੇਰੇ ਮਦਰ, ਅਸੀਂ 5 ਜਾਣੇ ਇਕੱਠੇ ਬੈਠੇ, ਅਸੀਂ ਇਹ ਫੈਸਲਾ ਕੀਤਾ ਕਿ ਅਗਰ ਸਾਨੂੰ ਆਪਣੇ ਅੱਜ ਦਾ ਸੈਕਰੀਫਾਈਸ, ਅੱਜ ਦਾ ਤਿਆਗ ਕਰਨਾ ਪੈਣਾ ਬੱਚਿਆਂ ਦੇ ਕੱਲ ਦੀ ਖੁਸ਼ੀ ਲਈ, ਤੇ ਆਪਾਂ ਤੇ ਜਾਨਾਂ ਦੇਣ ਵਾਲੇ ਬੰਦੇ ਆ, ਜੋਬ ਤੇ 1 ਲੱਖ ਵਾਰ ਦੇਵਾਂਗੇ ਜਾਂ 1 ਲੱਖ ਵਾਰ ਇਹੋ ਜਿਹੀ ਜੋਬ ਆਪਾਂ ਛੱਡ ਦਾਂਗੇ। ਤੇ ਅਰਜੁਨ ਨੂੰ ਵੀ ਮੈਂ ਇਹ ਗੱਲ ਕਹੀ ਹੈ, ਮੈਂ ਕਿਹਾ ਹੌਸਲਾ ਨਹੀਂ ਹਾਰਨਾ, ਕਿਉਂਕਿ ਕੱਲੀ ਪੁਲਿਸ ਹੀ ਨਹੀਂ ਇਹ ਸਰਵਿਸ ਕਰਨ ਲਈ ਲੋਕਾਂ ਦੀ, ਬਹੁਤ ਹੋਰ ਐਵੀਡੀਜ਼ ਨੇ। ਤੇ ਕਦੇ ਕਦੇ ਜਦੋਂ ਮਿਹਨਤ ਤੋਂ ਬਾਅਦ ਫਲ ਨਹੀਂ ਮਿਲਦਾ ਤੇ ਰਾਸਤੇ ਬਦਲਨੇ ਚਾਹੀਦੇ, ਸਿਧਾਂਤ ਵੀ ਬਦਲਨੇ ਚਾਹੀਦੇ ਆਪਣੇ, ਕਿਉਂਕਿ ਪੇੜ ਵੀ ਪੱਤੇ ਛੱਡਦੇ ਨੇ, ਜੜ੍ਹਾਂ ਨਹੀਂ ਛੱਡਦੀਆਂ। ਸੋ ਮੈਂ ਸਾਰਿਆਂ ਨੂੰ ਇਹੀ ਜਿੱਦਾਂ ਪਹਿਲਾਂ ਅਪੀਲ ਕੀਤੀ ਸੀ, ਜੇ ਸਾਡੇ ਉੱਤੇ ਕੋਈ ਇੱਕ ਉਂਗਲ ਏਦਾਂ ਚੱਕਦਾ ਹੈ ਨਾ, ਤੇ 3 ਉਂਗਲਾਂ ਉਹਦੇ ਤੇ ਵੀ ਹੁੰਦੀਆਂ। ਤੇ ਇੱਕ ਵਾਰ ਜਿਹੜਾ ਇਹ ਸੋਚਦੇ ਸੀ ਕਿ ਜੀ ਇਹ ਤੇ ਇੰਨੀ ਦੇਰ ਲਈ ਚੁੱਪ ਬੈਠੇ ਨੇ, ਕੋਈ ਇਹਨਾਂ ਤੇ ਪ੍ਰੈਸ਼ਰ ਹੈ, ਇਹਨਾਂ ਨੂੰ ਤੇ ਧੱਕੇ ਨਾਲ ਛੜਵਾਈ ਗਈ ਹੈ, ਇਹ ਇਹਦਾ ਜਿਹੜਾ ਸਾਰਾ ਜਵਾਬ ਬਾਜਵਾ ਸਾਹਿਬ ਦੇਣਗੇ। ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿੱਦਾਂ ਅਰਜੁਨ ਨੇ ਕਿਹਾ ਕਿ ਜੇ ਮੇਰਾ ਅਗਲੇ ਜਨਮ ਚ ਵੀ ਬਰਥ ਹੁੰਦਾ ਤੇ ਮੈਂ ਚਾਹਾਂਗਾ ਕਿ ਮੈਂ ਸਿਧਾਂਤ ਸਤਨਾਮ ਸਿੰਘ ਬਾਜਵਾ ਦਾ ਗ੍ਰੈਂਡਸਨ ਬਣਾ। ਸਾਰੇ ਨੂੰ ਪਹਿਲੇ ਤੇ ਮੈਂ ਸਾਰੇ ਭਰਾਵਾਂ ਦਾ ਔਰ ਖਾਸ ਕਰਕੇ ਜਿਹੜੇ ਕੁਲੀਗਸ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਬਹੁਤ ਧੰਨਵਾਦੀ ਹੈ, ਮੁੱਖ ਮੰਤਰੀ ਪੰਜਾਬ ਦਾ। ਜਿੱਦਾਂ ਮੇਰੇ ਬੱਚਿਆਂ ਨੇ ਕਿਹਾ ਵੀ ਦੇ ਹੈਵ ਰੈਕਗਨਾਈਜ਼ ਦ ਸਰਵਿਸਿਜ਼ ਦ ਮਾਰਟਿਰਡਮ ਆਫ ਮਾਈ ਫਾਦਰ ਸਰਦਾਰ ਸਤਨਾਮ ਸਿੰਘ ਬਾਜਵਾ। ਦੇਖੋ ਰਾਜਨੀਤੀ ਕੁਲੀਗਸ ਨਾਲ ਹੋਏ ਤੇ ਸਮਝ ਆਉਂਦੀ ਹੈ, ਰਾਜਨੀਤੀ ਬੱਚਿਆਂ ਨਾਲ ਹੋਏ ਇਹ ਬਹੁਤ ਛੋਟੀ ਗੱਲ ਹੈ। ਅਸੀਂ, ਮੈਂ ਛੋਟੀ ਜਿਹੀ ਗੱਲ ਕਹਿੰਦਾ, ਜਿਸ ਵਕਤ ਪਹਿਲੀ ਗੱਲ ਤੇ ਮੈਂ ਤੁਹਾਨੂੰ ਜਵਾਬ ਦੇਣਾ ਚਾਹੁੰਦਾ ਵੀ ਕੈਬਨਿਟ ਮੀਟਿੰਗ ਤੋਂ ਪਹਿਲੇ ਫਤਿਹ ਜੰਗ ਸਿੰਘ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਬੇਨਤੀ ਕਰਕੇ ਮੈਸੇਜ ਪਾ ਕੇ ਕਿਹਾ ਵੀ ਇਹਨੂੰ ਸਾਨੂੰ ਨੌਕਰੀ ਨਹੀਂ ਚਾਹੀਦੀ, ਕਿਰਪਾ ਕਰਕੇ ਇਸ ਏਜੰਡੇ ਨੂੰ ਵਿਡਰਾਅ ਕਰ ਦਿਓ, ਕਿਉਂਕਿ ਕੁਝ ਸ਼ਰਾਰਤੀ ਅਨਸਰ, ਕੁਝ ਸਾਡੇ ਸਾਥੀਆਂ ਨੇ ਇਕੱਠੇ ਹੋ ਕੇ ਇੱਕ ਮਨ ਬਣਾਇਆ ਸੀ ਵੀ ਇਹ ਨੌਕਰੀ ਜਦੋਂ ਕੈਬਨਿਟ ਵਿੱਚ ਆਏਗੀ ਤੇ ਅਸੀਂ ਇਸ ਗੱਲ ਦਾ ਓਬਜੈਕਸ਼ਨ ਕਰਾਂਗੇ। ਡਰ ਲਈ ਕੋਈ ਗੱਲ ਨੀ, ਉਹਨਾਂ ਦਾ ਹੱਕ ਬਣਦਾ ਹੈ, ਜੋ ਉਹਨਾਂ ਨੂੰ ਠੀਕ ਲੱਗਾ ਉਹਨਾਂ ਕੀਤਾ, ਰਾਜਨੀਤੀ ਕੀਤੀ ਬੱਚਿਆਂ ਤੇ, ਡਰ ਲਈ ਕੋਈ ਗੱਲ ਨੀ। ਪਰ ਸਾਰਿਆਂ ਨੂੰ ਮਾੜੀ ਗੱਲ ਸਾਰਿਆਂ ਨੂੰ ਪਹਿਲੇ ਮੈਂ ਦੱਸਣਾ ਚਾਹੁੰਦਾ ਵੀ ਪਹਿਲਾ ਟਵੀਟ ਆਇਆ ਸੁਖਬੀਰ ਬਾਦਲ ਜੀ ਦਾ ਵੀ ਇਹ ਤੇ ਬਹੁਤ ਧੱਕਾ ਹੋ ਗਿਆ ਜੀ, ਇਹ ਨੈਪੋਟਿਜ਼ਮ ਹੈ, ਇਹ ਇੱਕ ਕਰੋੜਾਪਤੀ ਬੱਚਿਆਂ ਨੂੰ ਨੌਕਰੀ ਦਿੱਤੀ ਗਈ ਹੈ, ਇਹਨਾਂ ਦਾ ਕੀ ਹੱਕ ਸੀ, ਇਹਨਾਂ ਨੂੰ ਕੀ ਲੋੜ ਸੀ। ਨੈਪੋਟਿਜ਼ਮ ਦੀ ਗੱਲ ਤੇ ਮੈਂ ਇੱਕ ਛੋਟੀ ਜਿਹੀ ਗੱਲ ਕਹਿੰਦਾ, ਮੈਂ ਤੁਹਾਡੇ ਸਾਰਿਆਂ ਦੇ ਥਰੂ ਬੜਾ ਸਤਿਕਾਰ ਕਰਦਾ, ਕਦੀ ਕਿਸੇ ਨੂੰ ਮਾੜੀ ਗੱਲ ਨਹੀਂ ਕਹੀ। ਸਰਦਾਰ ਸੁਖਬੀਰ ਸਿੰਘ ਜੀ ਬਾਦਲ ਔਰ ਉਹਨਾਂ ਦੇ ਪਰਿਵਾਰ ਤੇ ਨੈਪੋਟਿਜ਼ਮ ਦੀ ਗੱਲ ਕਰਦਾ ਵੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ 6 ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ, 5 ਵਾਰ, ਔਰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਡਿਪਟੀ ਮੁੱਖ ਮੰਤਰੀ ਬਣੇ, ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਜੀ ਯੂਨੀਅਨ ਕੈਬਨਿਟ ਦੇ ਮੰਤਰੀ ਰਹੇ ਨੇ,
ਨਾਨਕ ਰਾਮ ਜੀ ਮਜੀਠਾ ਸਾਹਿਬ ਪੰਜਾਬ ਦੇ ਮਾਲ ਮੰਤਰੀ ਰਹੇ ਨੇ, ਉਹਨਾਂ ਦੇ ਜਵਾਈ ਸਾਹਿਬ ਅਦੇਸ਼ ਪ੍ਰਤਾਪ ਸਿੰਘ ਕੈਰੋ ਜੀ ਪੰਜਾਬ ਦੇ ਫੂਡ ਮੰਤਰੀ ਰਹੇ ਨੇ। ਸਾਰੀ ਅਕਾਲੀ ਦਲ ਦੀ ਕਿਤੇ ਵੀ ਮੈਨੂੰ ਸ਼ਹਾਦਤ ਦੀ ਇੱਕ ਚੀਜ਼ ਦੱਸੋ, ਇੰਨੀ ਕੰਟਰੀਬਿਊਸ਼ਨ ਜ਼ਰੂਰ ਹੈ ਇਹਨਾਂ ਦੀ। ਸਾਡੇ ਕੋਲ ਲਿਸਟ ਹੈਗੀ ਹੈ, ਬੜੀ ਔਖੀ ਜੀ ਇਹ ਲਿਸਟ ਕੱਢੀ ਅਸੀਂ ਬੜੀ ਰਿਸਰਚ ਤੋਂ ਬਾਅਦ। ਇਹ ਹੈਗੀ ਇਹਨਾਂ ਦੀ ਸ਼ਹਾਦਤਾਂ ਦੀ ਲਿਸਟ ਦੋਨੋਂ ਪਾਰਟੀਆਂ ਦੀ, ਬੜੀ ਰਿਸਰਚ ਤੋਂ ਬਾਅਦ ਗੂਗਲ ਤੇ ਵੀ ਆਪਾਂ ਟਾਈਪ ਕੀਤਾ ਤੇ ਗੂਗਲ ਵੀ ਕਹਿੰਦਾ ਕੁਛ ਅੱਜ ਦਾ ਸਵਾਲ ਪੁੱਛੋ ਯਾਰ, ਇਹ ਕੀ ਪੁੱਛ ਰਹੇ। ਇਹ ਇਹਨਾਂ ਦੀ ਕੰਟਰੀਬਿਊਸ਼ਨ ਹੈ ਦੋਨੋਂ ਪਾਰਟੀ ਦੀ ਟੂਵਰਡ ਦ ਸਟੇਟ ਐਂਡ ਕੰਟਰੀ। ਉਹ ਅਸੀਂ ਬੇਸਿਕਲੀ ਇਹ ਗੱਲ ਕਹਿੰਦੇ ਹਾਂ ਵੀ ਕੋਈ ਚੀਜ਼ ਕਹਿਣ ਤੋਂ ਪਹਿਲੇ ਬੰਦੇ ਨੂੰ ਆਪਣੇ ਮੰਜੇ ਥੱਲੇ ਝਾੜੂ ਫੇਰਨਾ ਚਾਹੀਦਾ। ਸਰਦਾਰ ਇਸ ਅਕਾਲੀ ਦਲ ਦੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਤੁਹਾਨੂੰ ਸ਼ਾਇਦ ਸਾਰਿਆਂ ਨੂੰ ਪਤਾ ਹੋਏਗਾ, ਤੁਸੀਂ ਅੱਗੇ ਵੀ ਕਈ ਵਾਰ ਸੁਣਿਆ ਹੋਊ, ਜਨਰਲ ਡਾਇਰ ਦਾ ਤੁਸੀਂ ਨਾਂ ਸੁਣਿਆ ਹੋਣਾ। ਇਹ ਮਜੀਠਾ ਪਰਿਵਾਰ ਜਨਰਲ ਡਾਇਰ ਨੂੰ ਖਾਣੇ ਤੇ ਬੁਲਾ ਕੇ ਹਰਿਮੰਦਰ ਸਾਹਿਬ ਤੋਂ ਸਰੋਪਾ ਦਵਾ ਕੇ ਤੇ ਜਲਿਆਂਵਾਲਾ ਬਾਗ ਦਾ ਮੈਸੇਕਰ ਜਦੋਂ ਹੁੰਦਾ, ਇਹ ਬੰਦੇ ਨੇ ਜਿਹੜੇ ਉਹਨਾਂ ਬੰਦਿਆਂ ਦੇ ਨਾਲ ਆਪਣਾ ਤਾਲਮੇਲ ਰੱਖਦੇ ਸੀ। ਇਹਨਾਂ ਨੇ ਕਾਹਦੀਆਂ ਸ਼ਹਾਦਤਾਂ ਦੇਣੀਆਂ ਨੇ, ਇਹਨਾਂ ਨੇ ਕਾਹਦੀ, ਇਹਨਾਂ ਕੋਲ ਵੋਟ ਰਾਈਟ ਡੂ ਦੇ ਹੈ ਟੂ ਕੁਸ਼ਚਨ ਕਿਸੇ ਦੀ ਮਦਦ ਕਰਨੀ। ਮੇਰੇ ਵੀਰੋ ਉਹ ਤੇ ਇੱਕ ਅਲੱਗ ਚੈਪਟਰ ਸੀ, ਪੋਲੀਟੀਕਲ ਸਾਡੇ ਓਪੋਨੈਂਟ ਸੀ, ਉਹਨਾਂ ਕਹਿਤਾ ਸਾਨੂੰ ਉਸ ਗੱਲ ਦਾ ਕੁਝ, ਉਹਨਾਂ ਦਾ ਹੱਕ ਬਣਦਾ ਹੈ, ਡੈਮੋਕ੍ਰੇਸੀ ਹੈ, ਉਹਨਾਂ ਨੇ ਕੁਸ਼ਚਨ ਕੀਤਾ, ਅਸੀਂ ਉਹਦਾ ਜਵਾਬ ਦਿੱਤਾ। ਜਿਹੜੇ ਸਾਡੇ ਭਰਾ ਸੀ ਅਰਜਨ ਨੇ ਤੇ ਅੱਜ ਪ੍ਰੈਸੀਡੈਂਟ ਸੈੱਟ ਕਰਤਾ ਆਪਣੀ ਨੌਕਰੀ ਦੇ ਕੇ। ਮੈਂ ਇਹਨਾਂ ਮਨਿਸਟਰਸ ਨੂੰ, ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ ਜਿਨ੍ਹਾਂ ਦਾ ਬੇਟਾ ਜ਼ਿਲ੍ਹਾ ਪਰਿਸ਼ਦ ਗੁਰਦਾਸਪੁਰ ਦਾ ਚੇਅਰਮੈਨ ਹੈ, ਸੁੱਖ ਸਰਕਾਰੀਆ ਸਾਹਿਬ ਜਿਨ੍ਹਾਂ ਦਾ ਭਤੀਜਾ ਜ਼ਿਲ੍ਹਾ ਪਰਿਸ਼ਦ ਅੰਮ੍ਰਿਤਸਰ ਦਾ ਚੇਅਰਮੈਨ ਹੈ, ਸੁਨੀਲ ਜਾਖੜ ਸਾਹਿਬ ਜਿਹੜੇ ਸਾਡੇ ਪੀਸੀਸੀ ਦੇ ਪ੍ਰਧਾਨ ਨੇ, ਉਹਨਾਂ ਦਾ ਭਤੀਜਾ ਅਜੇ ਵੀਰ ਸਿੰਘ ਪੰਜਾਬ ਫਾਰਮਰ ਕਮਿਸ਼ਨ ਦਾ ਚੇਅਰਮੈਨ ਹੈ। ਕੀ ਇਹ ਉਹ ਪ੍ਰੈਸੀਡੈਂਟ ਨੂੰ ਫੋਲੋ ਕਰਨਗੇ? ਅਸੀਂ ਸੈੱਟ ਕਰਤਾ ਪ੍ਰੈਸੀਡੈਂਟ, ਐਂਡ ਵੀ ਵੁਡ ਨਾਟ ਲਾਈਕ ਦੀਸ ਹੈਵੀਵੇਟ ਪੋਲੀਟੀਸ਼ੀਅਨਸ ਜਿਨ੍ਹਾਂ ਨੇ 4 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ 4 ਸਾਲ ਉਹ ਮਲਾਈ ਵਾਲੇ ਪੋਰਟਫੋਲੀਓ ਲੈ, ਤੇ ਅੱਜ ਉਹ ਅਰਜਨ ਪ੍ਰਤਾਪ ਸਿੰਘ ਬਾਜਵਾ ਜਾਂ ਜਗਿੰਦਰਪਾਲ ਪਾਂਡੇ ਹੋਰਾਂ ਦੇ ਬੇਟੇ ਦੀ ਨੌਕਰੀ ਦਾ ਆਬਜੈਕਸ਼ਨ ਨਹੀਂ ਸੀ ਕਰ ਰਹੇ, ਉਹ ਕੈਪਟਨ ਅਮਰਿੰਦਰ ਸਿੰਘ ਜੀ ਦੇ ਕੀਤੇ ਹੋਏ ਉਸ ਕੈਬਨਿਟ ਦੇ ਫੈਸਲੇ ਦਾ ਵਿਰੋਧ ਕਰ ਰਹੇ ਸੀ, ਕਿਉਂਕਿ ਵਿਰੋਧ ਉਹਨਾਂ ਨੇ ਉਹਨਾਂ ਦਾ ਫਤਿਹਜੰਗ ਸਿੰਘ ਬਾਜਵਾ ਕਹਿੰਦੇ ਕੈਪਟਨ ਸਾਹਿਬ ਦੇ ਅਗੇਂਸਟ ਜਾਂਦਾ ਸੀ। ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ, 4 ਸਾਲ ਸਾਰਾ ਕੰਮ ਕੈਪਟਨ ਆਪਣਾ ਜਾਖੜ ਸਾਹਿਬ ਦਾ, ਮੈਨੂੰ ਕੱਲ ਇੱਕ ਸਵਾਲ ਸੀ ਵੀ ਕੈਪਟਨ ਸਾਹਿਬ ਦੇ ਜਿਹੜੇ ਐਡਵਾਈਜ਼ਰ ਬੜੇ ਮਾੜੇ ਆ ਗਏ ਨੇ, ਉਹਨਾਂ ਨੂੰ ਐਡਵਾਈਸ ਗਲਤ ਦੇ ਰਹੇ ਨੇ, ਉਸ ਗਲਤ ਐਡਵਾਈਸ ਦੇ ਉੱਤੇ ਗਲਤ ਫੈਸਲੇ ਹੋ ਰਹੇ ਨੇ। 4 ਸਾਲ ਸਭ ਐਡਵਾਈਸਾਂ ਠੀਕ ਸੀ, 4 ਸਾਲ ਦੀ ਜਿਹੜੇ ਤੁਸੀਂ ਨਾਲ ਲੱਗੇ ਸੀ, ਅੱਜ ਕਿਹੜੇ ਮਾੜੇ ਆਏ ਨੇ? ਮੈਂ ਇਹਨਾਂ ਕੋਲ ਪੁੱਛਣਾ ਚਾਹੁੰਦਾ, ਅੱਜ ਦੇ ਐਡਵਾਈਜ਼ਰ ਕਿਹੜੇ ਮਾੜੇ ਨੇ ਤੇ ਕਿਹੜਾ ਗਲਤ ਫੈਸਲਾ ਕੈਪਟਨ ਅਮਰਿੰਦਰ ਸਿੰਘ ਕਰ ਰਿਹਾ? ਇਹ ਉਹਨਾਂ ਕੋਲ ਤੁਸੀਂ ਜ਼ਰੂਰ ਇਸ ਚੀਜ਼ ਦਾ ਜਵਾਬ ਮੰਗਣਾ। ਔਰ ਮੈਂ ਇਹ ਗੱਲ ਕਹਿਣਾ ਚਾਹੁੰਦਾ, ਮੈਂ ਤੁਹਾਡੀ ਬਹੁਤ ਇੱਜ਼ਤ ਕਰਦਾ, ਜਾਖੜ ਸਾਹਿਬ ਨੇ ਕਹਿੰਦੇ ਸੋਨੀਆ ਜੀ ਨੂੰ ਚਿੱਠੀ ਲਿਖੀ ਇਹਨਾਂ ਦੀ ਨੌਕਰੀ ਬਾਰੇ, ਅਗਲੇ ਦਿਨ ਮੈਨੂੰ ਫੋਨ ਕਰਦੇ ਆ, ਮੈਨੂੰ ਕਹਿੰਦੇ ਫਤਿਹ ਜੀ ਮੇਰਾ ਪ੍ਰਤਾਪ ਬਾਜਵਾ ਨਾਲ ਤੇ ਡਿਫਰੈਂਸਿਸ ਹੋ ਸਕਦੇ ਆ, ਮੇਰਾ ਮੈਂ ਤੁਹਾਡੀ ਬਹੁਤ ਇੱਜ਼ਤ ਮਾਨ ਤੇ ਤੁਸੀਂ ਮੇਰੀ ਇਲੈਕਸ਼ਨ ਚ ਬੜੀ ਮਦਦ ਕੀਤੀ ਹੈ। ਔਰ ਸਾਰਿਆਂ ਨੇ ਵੱਡੀ ਗੱਲ ਹੈ ਵੀ ਅਰਜੁਨ ਨੇ ਮੇਰੀ ਇਲੈਕਸ਼ਨ ਚ ਬਹੁਤ ਮਦਦ ਕੀਤੀ ਹੈ। ਮੈਂ ਕਿਹਾ ਜਾਖੜ ਸਾਹਿਬ ਇਸੇ ਗੱਲ ਦਾ ਸਿਰਾ ਦੇ ਰਹੇ ਹੋ, ਹਾਂ ਅਸੀਂ ਕੋਈ ਆਊਟ ਆਫ ਦਾ ਵੇ ਜਾ ਕੇ ਕੋਈ ਚੀਜ਼ ਦਿੱਤੀ ਹੋਏ ਜਾਂ ਕਿਸੇ ਸਰਕਾਰ ਨੇ ਕੀਤਾ ਹੋਏ, ਅਸੀਂ ਤਾਂ ਉਹ ਵੀ ਲੈਣ ਨੂੰ ਤਿਆਰ ਨਹੀਂ। ਤੁਸੀਂ ਸਾਨੂੰ ਤਾਂ ਕਹਿ ਸਕਦੇ, ਤੁਸੀਂ ਟੀਵੀ ਤੇ ਜਾ ਕੇ ਤੁਸੀਂ ਚਿੱਠੀਆਂ ਕਰਕੇ ਤੁਸੀਂ ਕੀ ਕਰਨਾ, ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ? ਤੁਸੀਂ ਮੈਸੇਜ ਇਹ ਦੇਣਾ ਚਾਹੁੰਦੇ ਹੋ ਵੀ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਹੀਂ? ਇਹੋ ਸਵਾਲ ਮੈਂ ਅੱਜ ਤੁਹਾਡੇ ਭਰਾਵਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਜਿਹੜੇ ਲੋਕ ਇਸ ਕਿਸਮ ਦੀ
ਜਾਣ ਲੈਣ ਇਸ ਕਿਸਮ ਦੀ ਰਾਜਨੀਤੀ ਚੰਗੀ ਨਹੀਂ ਹੁੰਦੀ ਡੂ ਪੋਜ਼ਿਟਿਵ ਪੋਲਿਟਿਕਸ ਡੋਨਟ ਗੈਟ ਇਨਟੂ ਦਾ ਨੈਗੇਟਿਵ ਮੋਡ ਔਰ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕੋਈ ਗੱਲ ਨਹੀਂ ਉਹਨਾਂ ਨੇ ਜੇ ਕੋਈ ਗਲਤ ਕੀਤਾ ਪਰ ਜਿਹੜਾ ਪ੍ਰੈਸੀਡੈਂਟ ਅੱਜ ਅਰਜਨ ਪ੍ਰਤਾਪ ਨੇ ਸੈੱਟ ਕੀਤਾ ਅੱਜ ਬਾਜਵਾ ਪਰਿਵਾਰ ਨੇ ਸੈੱਟ ਕੀਤਾ ਕਿ ਇਹ ਵੀ ਉਹਨੂੰ ਫੋਲੋ ਕਰਨਾ ਜੇ ਅਸੀਂ ਮੈਂ ਅੱਜ ਤੁਹਾਨੂੰ ਇਸ ਕੈਮਰੇ ਤੇ ਕਹਿਣਾ ਚਾਹੁੰਦਾ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਸਰਕਾਰ ਬਣਨ ਤੇ ਜਦੋਂ ਜ਼ਿਲ੍ਹਾ ਪਰਿਸ਼ਦ ਗੁਰਦਾਸਪੁਰ ਦੀ ਚੋਣ ਹੋਈ ਸਾਡੇ ਸਾਰਿਆਂ ਨੂੰ ਸੀਨੀਅਰ ਠਾਕੁਰ ਬਲਰਾਜ ਸਿੰਘ ਇੱਥੇ ਮੇਰੇ ਮੈਂਬਰ ਆਏ ਨੇ ਜ਼ਿਲ੍ਹਾ ਪਰਿਸ਼ਦ ਦੇ ਪੰਜ ਵਾਰ ਬਣੇ ਸਾਰਿਆਂ ਨੇ ਗੱਲ ਕੀਤੀ ਵੀ ਠਾਕੁਰ ਬਲਰਾਜ ਸਿੰਘ ਸਿੱਧੂ ਦੇ ਚੇਅਰਮੈਨ ਹੀ ਇਜ਼ ਦਾ ਵਰਕਰ ਹੀ ਇਜ਼ ਡਨ ਸੋ ਮਚ ਫੋਰ ਕਾਂਗਰਸ ਪਰ ਕੌਣ ਬਣਿਆ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਬੇਟਾ ਕਿਉਂ ਕਿਉਂਕਿ ਉਹਨਾਂ ਦੀ ਰਾਜਨੀਤਿਕ ਤੁਹਾਨੂੰ ਪਤਾ ਵੀ ਕਿੱਥੇ ਕਿੱਥੇ ਟਿਕਟਾਂ ਲੈਣ ਨੂੰ ਫਿਰਦੇ ਸੀ ਤੇ ਦੂਜਿਆਂ ਦੀ ਕੋਨਸਟੀਚੁਐਂਸੀ ਵਿੱਚ ਜਾ ਕੇ ਇੰਟਰਫੇਅਰ ਕਰਦੇ ਮੇਰੇ ਵੀਰੋ ਇਹਨਾਂ ਲੋਕਾਂ ਨੂੰ ਜਿਹੜੇ ਪਾਰਟੀ ਦੇ ਸੀਨੀਅਰ ਲੀਡਰਸ ਨੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਨੂੰ ਵੀ ਜੇ ਅੱਜ ਅਰਜਨ ਪ੍ਰਤਾਪ ਇੱਕ ਛੋਟੇ ਬੱਚੇ ਨੇ ਐਗਜ਼ੈਂਪਲ ਸੈੱਟ ਕੀਤਾ ਯੂ ਮਸਟ ਫੋਲੋ ਦੈਟ ਐਂਡ ਵੀ ਵਿਲ ਸੀ ਵੈਦਰ ਦੇ ਫੋਲੋ ਇਟ ਔਰ ਨੋਟ ਮੈਂ ਬਹੁਤੀ ਇਹ ਜਿਹੜੀ ਗੱਲ ਆਮ ਜਿਹੜਾ ਜਿੱਦਾਂ ਤੁਸੀਂ ਇਹਨਾਂ ਨੇ ਜ਼ਿਕਰ ਕੀਤਾ ਵੀ ਇਹ ਚੁੱਪ ਕਿਉਂ ਬੈਠੇ ਨੇ ਤਿੰਨ ਚਾਰ ਦਿਨ ਇਹਨਾਂ ਤੇ ਕੀ ਪ੍ਰੈਸ਼ਰ ਪਿਆ ਇਹਨਾਂ ਨੌਕਰੀ ਛੱਡੀ ਕੀ ਵੋਟਾਂ ਕਰਕੇ ਇਹਨਾਂ ਨੌਕਰੀ ਛੱਡਤੀ ਕੀ ਵਜ੍ਹਾ ਸੀ ਇਹ ਚੁੱਪ ਰਿਹਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਜਿਸ ਵਕਤ ਇਸ ਨੌਕਰੀ ਦੀ ਗੱਲ ਦੋ ਤਿੰਨ ਦਿਨ ਪਹਿਲੇ ਆਈ ਔਰ ਜਿਸ ਕਿਸਮ ਦੀ ਰਾਜਨੀਤੀ ਹੋਣ ਲੱਗੀ ਅਸੀਂ ਉਸੇ ਵਕਤ ਘਰ ਵਿੱਚ ਫੈਸਲਾ ਕਰ ਲਿਆ ਔਰ ਮੈਂ ਕੈਪਟਨ ਸਾਹਿਬ ਨੂੰ ਮੈਸੇਜ ਪਾ ਕੇ ਕਿਹਾ ਕੈਪਟਨ ਸਾਹਿਬ ਪਲੀਜ਼ ਇਸ ਨੌਕਰੀ ਨੂੰ ਅਰਜਨ ਪ੍ਰਤਾਪ ਨੌਕਰੀ ਨਹੀਂ ਲੈਣਾ ਚਾਹੁੰਦਾ ਅਸੀਂ ਇਸ ਨੌਕਰੀ ਨਹੀਂ ਲੈਣੀ ਇਹ ਫੈਸਲਾ ਕੈਪਟਨ ਸਾਹਿਬ ਤੁਹਾਨੂੰ ਦੱਸ ਸਕਦੇ ਨੇ ਜਿਸ ਵਕਤ ਇਹ ਸਾਰੀ ਗੱਲ ਹੋਈ ਮੇਰਾ ਫਰਜ਼ ਬਣਦਾ ਸੀ ਵੀ ਮੇਰੇ ਲੀਡਰ ਨੇ ਮੇਰੇ ਮੁੱਖ ਮੰਤਰੀ ਨੇ ਜਿਹੜੇ ਮੇਰੇ ਫਾਦਰ ਦੀ ਮਾਰਟਿਡਮ ਨੂੰ ਪਹਿਚਾਨਿਆ ਉਹਨੂੰ ਇੱਜ਼ਤ ਦਿੱਤੀ ਮੈਂ ਇਹਨਾਂ ਦੇ ਅਸਤੀਫਾ ਅਰਜਨ ਨੇ ਉਹਨਾਂ ਦੇ ਹੱਥ ਵਿੱਚ ਫੜਾਇਆ ਦਿੱਲੀ ਜਾ ਕੇ ਐਲ ਕਰੋ ਅਸੀਂ ਇਹ ਨੌਕਰੀ ਕਰਤੀ ਅਸੀਂ ਕੋਈ ਗੱਲ ਨਹੀਂ ਇਹੋ ਜਿਹੀ ਕਰਨਾ ਚਾਹੁੰਦੇ ਉਹਨਾਂ ਦੀ ਮੀਟਿੰਗ ਸੀ ਉਹਨਾਂ ਨੇ ਤਿੰਨ ਮੈਂਬਰੀ ਕਮੇਟੀ ਨੂੰ ਮਿਲਣਾ ਸੀ ਉਹਨਾਂ ਨੇ ਕਿਹਾ ਵੀ ਐ ਲਓ ਜੀ ਉਹਨਾਂ ਦਾ ਬਾਜਵਾ ਹੋਰਾਂ ਦਾ ਇਹ ਫੈਸਲਾ ਆ ਗਿਆ ਹੁਣ ਤੁਸੀਂ ਇਹਦੇ ਵਿੱਚ ਦੱਸੋ ਅਸੀਂ ਕਿੱਥੇ ਗਲਤ ਹਾਂ ਅਸੀਂ ਕਿੱਥੇ ਕਸੂਰਵਾਰ ਹਾਂ ਸਾਡੀ ਕਿਹੜੀ ਇਹੋ ਜਿਹੀ ਚੀਜ਼ ਸੀ ਜਿਹੜੀ ਸਰਕਾਰ ਨੇ ਸਾਡੇ ਲਈ ਕਰ ਦਿੱਤੀ ਜਿਹੜੀ ਇੱਕ ਚੰਦੇ ਵਾਲੀ ਸੀ ਪਰ ਜ਼ਰੂਰ ਇਸ ਗੱਲ ਤੇ ਫੀਲ ਸਾਨੂੰ ਹੋਇਆ ਜਿੱਦਾਂ ਬੱਚੇ ਜਜ਼ਬਾਤੀ ਹੋਏ ਵੀ ਕਿਸੇ ਦੇ ਦਾਦੇ ਦੇ ਯਾਰ ਤੁਸੀਂ ਇਸ ਕਿਸਮ ਦੀ ਰਾਜਨੀਤੀ ਕਰੋ ਇਸ ਕਿਸਮ ਦੀਆਂ ਗੱਲਾਂ ਕਰੋ ਮੈਂ ਤੇ ਆਪਣੇ ਕੁਲੀਗਸ ਨੂੰ ਕਿਹਾ ਯਾਰ ਤੁਸੀਂ ਮੇਰੇ ਨਾਲ ਹੀ ਗੱਲ ਕਰ ਲੈਂਦੇ ਇਹ ਕਿੱਡੀ ਕੁ ਗੱਲ ਸੀ ਅਸੀਂ ਤਾਂ ਮੈਂ ਉਹੀ ਗੱਲ ਇਹਨਾਂ ਦੀ ਗੱਲ ਦੁਹਰਾ ਰਿਹਾ ਵੀ ਸ਼ਹਾਦਤਾਂ ਦੇਣ ਵਾਲਿਆਂ ਨੂੰ ਇਹ ਨੌਕਰੀਆਂ ਤੇ ਬਹੁਤ ਛੋਟੀਆਂ ਚੀਜ਼ਾਂ ਨੇ ਔਰ ਮੈਂ ਆਪਣੀ ਪਾਰਟੀ ਹਾਈਕਮਾਨ ਤੋਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਡੀ ਪਾਰਟੀ ਦੇ ਵਿੱਚ ਮਹਾਤਮਾ ਗਾਂਧੀ ਜੀ ਤੋਂ ਲੈ ਕੇ ਇੰਦਰਾ ਗਾਂਧੀ ਜੀ ਰਾਜੀਵ ਗਾਂਧੀ ਜੀ ਸਰਦਾਰ ਬੇਅੰਤ ਸਿੰਘ ਜਗਿੰਦਰ ਪਾਲ ਪਾਂਡੇ ਸਤਨਾਮ ਸਿੰਘ ਬਾਜਵਾ ਸ਼ਹਾਦਤਾਂ ਦੀ ਲਿਸਟ ਦੀ ਤੁਹਾਨੂੰ ਕੋਈ ਕਮੀ ਨਹੀਂ ਆ ਸਕਦੀ ਔਰ ਇਹੋ ਮੈਂ ਗੱਲ ਕਹਿੰਦਾ ਸੋਨੀਆ ਗਾਂਧੀ ਜੀ ਨੇ ਆਪਣੀ ਪ੍ਰਾਈਮ ਮਿਨਿਸਟਰਸ਼ਿਪ ਦੀ ਚੇਅਰ ਡਾਕਟਰ ਮਨਮੋਹਨ ਸਿੰਘ ਨੂੰ ਦਿੱਤੀ ਇਸ ਤੋਂ ਵੱਡੇ ਤਿਆਗਾਂ ਦੀ ਕੀ ਕਿਹੜੀ ਹਿਸਟਰੀ ਤੁਸੀਂ ਸੁਣਨਾ ਚਾਹੁੰਦੇ ਹੋ ਇਹ ਤਾਂ ਬਹੁਤ ਛੋਟੀ ਚੀਜ਼ ਹੈ ਇਸ ਚੀਜ਼ ਦੇ ਉੱਤੇ ਬੱਚੇ ਜ਼ਰੂਰ ਜਜ਼ਬਾਤੀ ਹੋਏ ਤੇ ਮੈਂ ਮੀਡੀਆ ਵਾਲਿਆਂ ਕੋਲ ਭਰਾਵਾਂ ਕੋਲ ਜੇ ਕਿਸੇ ਨੂੰ ਇਸ ਗੱਲ ਦੀ ਠੇਸ ਲੱਗੀ ਤੇ ਮੈਂ ਮਾਫ਼ੀ ਵੀ ਚਾਹੁੰਦਾ ਕਿਉਂਕਿ ਇਹਨਾਂ ਦੀ ਉਮਰ ਹੈ ਬਚਪਨ ਹੈ ਪਰ ਮੈਂ ਇਹ ਗੱਲ ਤੁਹਾਡੇ ਰਾਹੀਂ ਮੈਂ ਜ਼ਰੂਰ ਕਰਨਾ ਚਾਹੁੰਦਾ ਪੰਜਾਬ ਦੇ ਵਿੱਚ ਜੇ ਅੱਜ ਕਿਸੇ ਨੇ ਅੱਗੇ ਆਉਣਾ ਤੇ ਤੁਹਾਨੂੰ ਐਗਜ਼ੈਂਪਲ ਸੈੱਟ ਕਰਨੇ ਪੈਣੇ ਨੇ ਕਮਰ ਦੀ ਗੱਲ ਵੀ ਤੇਜ਼ ਚੱਲਣਾ ਤੇ ਇਕੱਲੇ ਚੱਲਣਾ ਪਊ ਜੇ ਕਲੈਕਟਿਵਲੀ ਆਪਾਂ ਚੇਂਜਸ ਲਿਆਉਣੀਆਂ ਨੇ ਪੰਜਾਬ ਦੇ ਵਿੱਚ ਤੇ ਫਿਰ ਸਾਨੂੰ ਸਾਰਿਆਂ ਨੂੰ ਇਕੱਠੇ ਚੱਲਣਾ ਪਏਗਾ ਇਹ ਸੋਚ ਨੂੰ ਬਦਲਣਾ ਪਏਗਾ ਅੱਗੇ ਜੇ ਹੁਣ ਤੁਹਾਡਾ ਕੋਈ ਕੁਐਸਚਨ ਹੈ
ਅਸੀਂ ਲੈ ਹੀ ਨਹੀਂ ਰਹੇ ਅਸੀਂ ਕਿਸੇ ਵੀ ਜਿਹੜੀ ਇੱਕ ਗੱਲ ਜਿਹੜੀ ਗੱਲ ਦੀ ਗੱਲ ਕਰਦੇ ਇੱਕ ਸੈਕਿੰਡ ਜਿਹੜੇ ਸਾਥੀ ਮੇਰੀ ਆਹ ਦਿੱਤੀ ਜਿਹੜਾ ਇੱਕ ਸਿਪਾਹੀ ਨਾਲ ਸ਼ਹੀਦ ਹੋਇਆ ਸੀ ਸੁਖਦੇਵ ਸਿੰਘ ਉਹਦੀ ਵਾਈਫ ਨੂੰ ਨੌਕਰੀ ਦਿੱਤੀ ਗਈ ਉਹਨਾਂ ਦੇ ਘਰ ਦੇ ਵਿੱਚ ਜਿਹੜੇ ਬਾਕੀ ਉਹਨਾਂ ਦੇ ਪ੍ਰਾਈਵੇਟ ਸਾਥੀ ਸੀਗੇ ਨਾਲ ਕੋਈ ਜਿਨ੍ਹਾਂ ਦੀਆਂ ਫੈਮਿਲੀ ਬਾਹਰ ਦੇ ਕੰਟਰੀ ਜਾ ਕੇ ਸੈਟਲ ਹੋ ਗਈਆਂ ਅਸੀਂ ਤੇ ਅਜੇ ਤੱਕ ਕੋਈ ਗੱਲ ਅਸੀਂ ਜੇ ਤੇ ਅਸੀਂ ਲਈਏ ਤੇ ਕਿਸੇ ਨੂੰ ਨਾ ਦਵਾਈਏ ਫਿਰ ਅਸੀਂ ਇਹ ਗੱਲ ਦਾ ਮੈਂ ਵੀ ਜਵਾਬ ਦੇਣਾ ਚਾਹੁੰਦਾ ਜੀ ਕਿਸੇ ਨੇ ਡਾਕਟਰ ਰਵਿੰਦਰ ਸਿੰਘ ਜੀ ਨੇ ਬੜਾ ਕਲੀਅਰ ਕੀਤਾ ਕਿ ਹੋਰ ਵੀ ਕੋਈ ਹੈ ਤੇ ਆਓ ਕਲੇਮ ਕਰੋ ਅਸੀਂ ਮੈਂ ਅੱਜ ਆਪਾਂ ਇਹ ਗਿਵਅਪ ਵੀ ਕਰ ਰਹੇ ਹਾਂ ਪਰ ਇਹੋ ਜੀ ਟੈਰਰਿਸਟ ਵਿਕਟਮ ਦੀ ਫੈਮਿਲੀ ਨੂੰ ਮੈਂ ਪਰਸਨਲ ਤੌਰ ਤੇ ਕੋਈ ਸਪੋਰਟ ਨਹੀਂ ਚਾਹੇ ਉਹ ਰਿਚ ਨੇ ਪੂਅਰ ਨੇ ਦੇਰ ਇਜ਼ ਨੋ ਡਿਫਰੈਂਸ ਬਿਟਵੀਨ ਲਾਈਫ ਬੰਦੇ ਹੋਰ ਉਹਨੇ ਦੋ ਤੁਹਾਡੇ ਹੁੰਦੇ ਜਿਹੜੇ ਹੋ ਜਾਣੇ
400 ਬੱਚੇ ਜਿਹੜੇ ਸ਼ਹੀਦ ਹੋਏ ਨੇ ਫਾਰਮਰ ਉਹਨਾਂ ਦੇ ਬੱਚਿਆਂ ਨੂੰ ਮਿਲਦੀ ਹੈ, ਅਸੀਂ ਤਾਂ ਤਿਆਰ ਸੀ, ਅਸੀਂ ਤਾਂ ਕਹਿੰਦੇ ਉਹਨਾਂ ਨੂੰ ਤੋਂ ਉਹਨਾਂ ਦਾ ਰਾਈਟ ਬਣਦਾ ਇਹ ਕਸੂਰ ਹੈ ਵੀ ਮੈਂ ਪੋਲੀਟੀਕਲੀ ਕਿਸੇ ਦੀ
ਸੇਵਾ ਕਰਕੇ ਉਸ